ਜਦੋਂ ਧੀ ਬਾਬੇ ਕੋ ਮਿਲਣ ਗਈ ਤਾਂ ਬਾਬੇ ਦੀ ਮੁੱਕ ਗਈ, ਤੇ ਜਦੋਂ ਬਾਬਾ ਧੀ ਕੋ ਮਿਲਣ ਆਇਆ ਵਤ ਧੀ ਦੀ ਮੁੱਕ ਗਈ। ਇਹ ਬਜ਼ੁਰਗ ਜ਼ਾਕਰਾਂ ਦਾ ਜੁਮਲਾ ਹੈ, ਇੱਥੇ ਮੈਂ ਇੱਕ ਜੁਮਲਾ ਦਰਾਨਾ। ਜਦੋਂ ਧੀ ਮਿਲਣ ਗਈ ਆ ਧੀ ਦੇ ਚਿਹਰਾ ਜ਼ਖਮੀ ਆਈ, ਵਾਹ ਬਈ ਵਾਹ ਅਲੀ ਦੀਆਂ ਧੀਆਂ ਤੁਹਾਡੇ ਤੇ ਰਾਜ਼ੀ ਹੋਣ। ਤੇ ਜਦੋਂ ਬਾਬਾ ਮਿਲਣ ਆਇਆ ਨਾ ਜ਼ਿੰਦਾਨ ਸ਼ਾਮ ਵਿੱਚ ਵਤ ਬਾਬਾ ਹੀ ਬੜਾ ਜ਼ਖਮੀ ਆਈ, ਰੋਵੇ ਹਾ ਸਕੀਨਾ ਜ਼ਿੰਦਾਨ ਚ, ਜ਼ਿੰਦਾਨ ਉਹ ਮਿਲਿਆ ਜਿਹਦੀ ਛੱਤ ਕੋਈ ਨਹੀਂ। ਸਰਦੀ ਤੇ ਗਰਮੀ ਦੇ ਅਸਰਾਤ ਦੀ ਵਜ੍ਹਾ ਤੋਂ ਜਦੋਂ ਬੀਬੀਆਂ ਵਤਨ ਵਾਪਸ ਵਲੀਆਂ ਨਾ, ਸਕੇ ਬਿਰਾ ਹਨਫੀਆ ਨਹੀਂ ਸੁਣਾਤਾ, ਸਜਾਦ ਦੇ ਗੱਲ ਚ ਬਹੀ ਪਾ ਕੇ ਫਰਮੈਨ ਸਜਾਦ ਸਾਥ ਸਹੀ, ਇਹਨਾਂ ਬੀਬੀਆਂ ਚ ਮੇਰੀ ਭੈਣ ਜ਼ੈਨਬ ਕਿਹੜੀ ਹੈ। ਰਾਤ ਵੱਧ ਪਈ ਤੇ ਰੋ ਕੇ ਫਰਮਾਇਆ ਚਾਚਾ ਸੁਣਾਉਣ, ਉਹ ਜਿਹੜੀ ਵੱਡੀ ਬੀਬੀ ਬੈਠੀ ਹੈ ਨਾ ਉਹ ਤੇਰੀ ਭੈਣ ਹੈ। ਰੋ ਕੇ ਪਿਆ ਦਿਨ ਜਦਾਂ ਗਈ ਹਾ ਵਾਲ ਕਾਲਿਆ, ਜਦਾਂ ਵਾਲ ਆਈਏ ਵਾਲ ਸਫੈਦ। ਜ਼ਿੰਦਾਨ ਚ ਬੜਾ ਹੀ ਰੋਂਦੀ ਆਈ ਹੁਸੈਨ ਦੀ ਧੀ, ਹੁਸੈਨ ਦੇ ਸੀਨੇ ਦਾ ਤਵੀਜ਼। ਤੇ ਕਹਿ ਕਹਿ ਵੇਲੇ ਬਿਰਾਗਲ ਪੁੱਛਿਆ ਸਜਾਦ, ਕਿਆ ਸ਼ਾਮ ਵਿੱਚ ਹਵਾ ਨਹੀਂ ਖੁੱਲਦੀ? ਰਾਤ ਵੱਧ ਪਵਿਆ ਤਾਂ ਫਰਮਾਵੇਂ ਹਵਾ ਤਾਂ ਘੁਲਦੀ ਏ ਮਗਰ ਸਾਨੂੰ ਨਹੀਂ ਲੱਗਦੀ। ਫਿਰ ਫਜਰ ਦੇ ਟਾਈਮ ਜਦੋਂ ਪੱਖੀ ਪਰਵਾਜ਼ ਕਰਨ ਆਨਾ ਤੇ ਬਿਰਾ ਗੁਲਾਉਂਦੀ ਆਈ ਤੇ ਜ਼ੰਜੀਰ ਹਲਾ ਕੇ ਆਦੀ ਆਈ, ਸਜਾਦ ਇਹ ਪੱਖੀ ਕਿਨ ਪੈ ਵਹਿੰਦੇ ਨ? ਇਮਾਮ ਫਰਮਾਵੇਣਾ ਮੇਰੀ ਭੈਣ ਇਹ ਆਪਣੇ ਰਿਜ਼ਕ ਦੀ ਤਲਾਸ਼ ਚ ਪੈ ਵਹਿੰਦੇ ਨੇ। ਜਦੋਂ ਦੀਗਰੇ ਨੇ ਵੱਲਣਾ ਨਾ ਤੇ ਵੱਧ ਬਿਰਾ ਦੇ ਜ਼ੰਜੀਰ ਹਲਾਵਿਆ ਤੇ ਰੋ ਕੇ ਪੁੱਛਿਆ ਹੁਣ ਕਿਨ ਪੈ ਵਹਿੰਦੇ ਨ? ਰਾਤ ਵੱਧ ਪਾਉਂਦੀ ਆਈ ਤੇ ਫਰਮੈਂਦੇ ਹਨ ਹੁਣ ਆਪਣੇ ਗਰਾਂ ਤੋਂ ਵੱਲੇ ਵਹਿੰਦੇ ਨ। ਰੋ ਕੇ ਆਖਿਆ ਕਦੇ ਹੀ ਅਸਾਂ ਹੀ ਵੱਲ ਵਸਾਏ। ਇਮਾਮ ਦੀ ਰਾਤ ਵੱਧ ਪਾਉਂਦੀ ਆਈ ਸਗੀਨਾ ਕੋ ਹਾਨ ਅੱਲਾ ਕਿਆ ਦੇ ਹਨ, ਹਰ ਕਹਿ ਵੱਲ ਵੰਜਣਾ ਹੈ ਇੱਕ ਤੈ ਨਹੀਂ ਵਧਣਾ। ਅਲੀ ਦੀਆਂ ਧੀਆਂ ਤੁਹਾਡੇ ਤੇ ਰਾਜ਼ੀ ਹੋਵਣ। ਇੱਕ ਰਾਤ ਖਾਬ ਵਿੱਚ ਬਾਬਾ ਮਿਲੇ, ਫਰਮਾਇਆ ਸਕੀਨਾ ਥੱਕ ਪਈ ਤਾਂ ਬਾਬਾ ਗਿੰਨਣ ਆਇਆ। ਸਾਡੀ ਆਮ ਬੰਦੇ ਦੀ ਮੌਤ ਹੋਵੇ ਨਾ ਸਾਨੂੰ ਪਤਾ ਲੱਗ ਪੈਂਦਾ ਕਿ ਹੁਣ ਮੇਰਾ ਟਾਈਮ ਖਤਮ ਹੋ ਗਿਆ, ਆਸਾਰ ਵੀ ਕੁਝ ਐਸੇ ਬਣ ਪੈਂਦੇ ਨੇ ਤੇ ਉਹ ਤਾਂ ਮਾਸੂਮਾ ਹੈ ਨਾ। ਜਦੋਂ ਬਾਬੇ ਆਖਿਆ ਨਾ ਥੱਕ ਪਈ ਤਾਂ ਲਵਣ ਆਇਆ, ਉੱਠੀਏ ਤੜਿਪ ਕੇ ਤੇ ਫੁੱਫੀਆਂ ਦੇ ਕੋਲ ਆ ਕੇ ਹੱਥ ਬੰਨ ਕੇ ਪਈ ਆਦੀਏ, ਸ਼ਾਮ ਤਾਈਂ ਕਿਸੇ ਨੂੰ ਕੋਈ ਮੇਰੀ ਤਰਫੋਂ ਤਕਲੀਫ ਹੋਈ ਹੋਵੇ ਤਾਂ ਸਕੀਨਾ ਮਾਫੀ, ਮੈਨੂੰ ਬਾਬਾ ਮਿਲਣ ਆਇਆ, ਮੈਂ ਟੁਰੀ ਵਹਿੰਦੀ ਹਾਂ, ਮੈਂ ਇਸ ਦੁਨੀਆਂ ਤੇ ਨਹੀਂ ਰਹਿਣਾ। ਇਦੋਂ ਸਕੀਨਾ ਦੀ ਇਹ ਹਾਲਤ ਏ, ਇਦੋਂ ਮਲਾਉਣ ਦੇ ਦਰਬਾਰ ਚ ਇਮਾਮ ਦਾ ਸਰ ਏ, ਸਰ ਤੇ ਇੱਕ ਰੁਮਾਲ ਏ। ਅਬਦੁੱਲਾ ਨਾਮੀ ਸਿਪਾਹੀ ਏ ਜਿਹਦੀ ਡਿਊਟੀ ਸਰ ਤੇ ਹੈ ਪਈ, ਇਹ ਪਾਰਾ ਪਿਆ ਡੈਂਦਾ ਏ, ਇਹ ਮਲਾਉਣਾ ਦਾ ਮੈਂ ਡਿੱਠਾ ਏ ਤੇ ਸਰ ਤੋਂ ਰੁਮਾਲ ਪਿਆ ਹਟਦਾ ਏ। ਏਦਾਂ ਮੈਂ ਆਖਿਆ ਦਰਬਾਰ ਦਾ ਕੋਈ ਰੋਸ਼ਨਦਾਨ ਖੁੱਲ੍ਹਾ ਰਹਿ ਗਿਓ ਸੀ, ਏਦਾਂ ਮੈਂ ਸਾਰੇ ਦਰੋ ਦੀਵਾਰ ਚੈੱਕ ਕੀਤੇ ਪਰ ਹਰ ਦਰਵਾਜ਼ਾ ਹਰ ਦਰ ਬੰਦ ਨਜ਼ਰ ਆਇਆ। ਅਦਾ ਜਦੋਂ ਮੈਂ ਕਰੀਬ ਆਇਆ ਨਾ ਤੇ ਹੁਸੈਨ ਦਾ ਸਰ ਵੀ ਤੜਪਦਾ ਹੈ ਤੇ ਹੌਲੇ ਹੌਲੇ ਆਵਾਜ਼ ਪਈ ਆਂਦੀ ਉੱਚਾ ਨਾ ਰੋ ਇਹ ਸ਼ਰਾਬੀ ਦਾ ਸ਼ਹਿਰੇ, ਆਵਾਜ਼ ਆਂਦੀ ਸਕੀਨਾ ਉੱਚਾ ਨਾ ਰੋ ਮੈਂ ਹੁਣੇ ਆਂਦਾ ਪਿਆ, ਮਿੰਬਰ ਦੀ ਇੱਜ਼ਤ ਦੀ ਕਸਮ ਇਹ ਕਮੀਨਾ ਤੇ ਜਦੋਂ ਹੁਸੈਨ ਦੇ ਲੱਭਾਂ ਚੋਂ ਗੱਲ ਸੁਣੀ ਹੈ ਨਾ ਮੈਂ ਜਲਦੀ ਨਾਲ ਸਾਰੇ ਦਰਵਾਜ਼ਿਆਂ ਦੇ ਕੁੰਡੇ ਬੰਦ ਕੀਤੇ ਨਾ, ਜੋ ਹੁਸੈਨ ਦਾ ਸਰ ਬਾਹਰ ਟੁਰ ਗਿਆ ਤਾਂ ਮਲਾਉਣ ਮੈਨੂੰ ਮਰਾਡੇ ਸੀ। ਇਹ ਕਮੀਨਾ ਤੇ ਮੈਂ ਜਦੋਂ ਦਰਵਾਜ਼ੇ ਬੰਦ ਕੀਤੇ ਤੇ ਹੁਸੈਨ ਦੇ ਸਰ ਪਰਵਾਜ਼ ਸ਼ੁਰੂ ਕੀਤਾ, ਮੈਂ ਪਹਿਲੇ ਆਖਿਆ ਜਦੋਂ ਬਾਬਾ ਮਿਲਣ ਆਇਆ ਬਾਬਾ ਹੀ ਜ਼ਖਮੀ ਆਈ, ਮਿੰਬਰ ਦੀ ਇੱਜ਼ਤ ਦੀ ਕਸਮ ਮਜ਼ਲੂਮ ਦਾ ਸਰ ਕਹਿ ਲਿਆ ਉਸ ਦੀਵਾਰ ਚ ਲੱਗਦਾ, ਹਾਂ ਕਹਿ ਵੇਲੇ ਉਸ ਦੀਵਾਰ ਚ ਲੱਗਦਾ, ਆਵਾਜ਼ ਆਉਂਦੀ ਆਈ ਮੈਨੂੰ ਆਵਣ ਕੋਈ ਨਹੀਂ ਦੇਂਦਾ, ਆਵਾਜ਼ ਆਉਂਦੀ ਆਈ ਸਕੀਨਾ ਘਬਰਾ ਨਹੀਂ ਹੁਣੇ ਮੈਂ ਮਿਲਣ ਆਸਾਂ। ਕਮੀਨਾ ਜਾ ਗਿਆ ਇਸ ਆਖਿਆ ਵੰਜੋ ਸਜਾਦ ਨੂੰ ਆਖੋ ਜ਼ਮਾਨਤ ਦੇਵੇ ਤਾਂ ਭੈਣ ਦਾ ਸਰ ਲੈ ਜਾਵੇ। ਇਹ ਮਲਾਉਣ ਟੁਰਦ ਹੋਇਆ ਇਮਾਮ ਦੇ ਕੋਲ ਆਇਆ, ਅਦ ਮੌਲਾ ਮਲਾਉਣ ਅਦ ਜ਼ਮਾਨਤ ਦੇ ਤੇ ਸਰ ਲੈ ਜਾ। ਜ਼ਮਾਨਤ ਦਾ ਲਫ਼ਜ਼ ਹੈ ਤੁਸਾਂ ਚੁੱਪ ਕਰ ਗਏ ਹੋ, ਸਜਾਦ ਬੜਾ ਹੀ ਤੜਪਿਆ ਤੇ ਰੋ ਕੇ ਪਿਆ ਦਿਨ ਉਸੇਲੇ ਜ਼ਮਾਨਤ ਮੰਗੀ ਹੈ ਜਦਾਂ ਮੈਂ ਉਜੜ ਗਿਆ, ਉਸੇਲੇ ਜ਼ਮਾਨਤ ਮੰਗਿਆ ਜਦਾਂ ਮੇਰਾ ਅਕਬਰ ਜੀਂਦਾ ਹੈ, ਉਸੇਲੇ ਮੰਗਿਆ ਜਦਾਂ ਮੇਰਾ ਚਾਚਾ ਬਾਸ ਜੀਂਦਾ ਹੈ। ਬਾਬੇ ਦਾ ਸਰ ਆਇਆ ਹੱਥਾਂ ਤੇ, ਇੰਨੇ ਇਮਾਮ ਨੇ ਬਾਬੇ ਤੋਂ ਡਿੱਠਾ
ਤੇ ਰੋ ਕੇ ਫਰਮਾਇਆ ਬਾਬਾ ਅੱਖਾਂ ਖੋਲ ਮੈਂ ਬੁੱਢੜਾ ਹੋ ਗਿਆ। ਹਾਏ ਹਰ ਬੰਦਾ ਜ਼ਰੂਰ ਕਰੇ, ਹਾਂਜ ਤੇਰੇ ਮੇਰੇ ਵਾਸੇ ਚ ਨਹੀਂ, ਹਾਂਜ ਉਹ ਸਹਿਣ ਦੀ ਅਤਾਏ ਜਿਨ ਬਹਾਦਰ ਜਨਾਜ਼ੇ ਤੇ ਹੀ ਗਵਾਉਣ ਦੀ ਇਜਾਜ਼ਤ ਮਿਲੀ ਹੈ। ਬਾਬੇ ਦਾ ਸਰ ਚਾਈ ਆਂਦਾ ਤੇ ਰੋ ਕੇ ਪਿਆ ਦਾ ਬਾਬਾ ਅੱਖਾਂ ਖੋਲ ਮੈਂ ਬੁੱਢੜਾ ਹੋ ਗਿਆ। ਇਮਾਮ ਹੁਸੈਨ ਦੀਆਂ ਅੱਖਾਂ ਖੁੱਲੀਆਂ ਤੇ ਸਜਾਦ ਦੇ ਚਿਹਰੇ ਤੇ ਪਈ ਨਾ ਨਿਗਾਹ ਤੇ ਰੋ ਕੇ ਪਿਆ ਦਿਨ ਸਜਾਦ ਜਵਾਨੀ ਚ ਚਿੱਟੀ ਹੋ ਗਈ ਹੈ। ਹਾਏ ਹਾਏ ਜਵਾਨੀ ਚ ਚਿੱਟੀ ਹੋ ਗਈ ਹੈ। ਫਰਮਾਇਆ ਬਾਬਾ ਤੁਹਾਡੀ ਤੇ ਚਿੱਟੀ ਹੋ ਗਈ ਆ। ਫਰਮਾਇਆ ਜਦ ਮੇਰੀ ਚਿੱਟੀ ਹੋਈ ਆ ਮੈਂ ਅਕਬਰ ਦੀ ਲਾਸ਼ ਚਾਈ ਆਈ। ਆਵਾਜ਼ ਆਉਂਦੀ ਹੈ ਤੁਸੀਂ ਅਕਬਰ ਦੀ ਲਾਸ਼ ਚਾਈ ਆ ਤੇ ਮੈਂ ਕੁਬਰਾ ਦਾ ਦਾਜ ਲੁਟੀਨ ਦਾ ਡੇਦਾਰੀ ਆ। ਬਾਬੇ ਦਾ ਸਰ ਚਾਹ ਕੇ ਜ਼ਿੰਦਾ ਨੇ ਚਾਇਆ, ਸਕੀਨਾ ਦੀ ਪਈ ਨਾ ਨਿਗਾਹ ਜੋ ਸਜਾਦ ਕੋਈ ਸ਼ੈ ਚਾਈ ਆਂਦੇ। ਸਕੀਨਾ ਦੀ ਸਜਾਦ ਕੌਣ ਹੈ ਕਿਹੜੀ ਸ਼ੈ ਚਾਈ ਆਂਦੇ। ਬੜੇ ਰੁਨੇ ਸਜਾਦ ਸਯਦਾ ਦਾ ਸਕੀਨਾ ਬਾਬਾ ਮਿਲਣ ਆਈ ਮਾਤਮੀ ਅਜ਼ਾਦਾਰੋ ਬਾਬੇ ਦਾ ਨਾਮ ਆਇਆ ਇੰਜ ਭਜੀਏ ਜਿਵੇਂ ਝਿਕਲ ਪਾਸੇ ਬਾਣੀ ਆਂਦੇ। ਬਾਬੇ ਦਾ ਸਾਰਾ ਹਾਂਦ ਨਾਲ ਲਾਇਆ ਬੜੇ ਰੁਨੀਏ ਹੁਸੈਨ ਦੇ ਸੀਨੇ ਦਾ ਤਵੀਜ਼ ਉੱਚ ਰੁਨੀਏ ਤੇ ਰੋ ਰੋ ਕੇ ਪਿਆ ਦੀਏ ਧੀ ਰੋਲ ਗਈ ਹੈ ਵਿੱਚ ਜੰਗਲਾਂ ਦੇ ਇਸ ਅਮਦ ਦਾ ਪਾਕ ਉਹ ਨਗੀਨਾ ਸਭ ਛੋਟੀ ਕਹਿ ਦੇਣਾ ਆਇਓ ਆਹ ਦਿਨ ਬਾਬਾ ਮੇਰਾ ਭੁੱਲ ਗਿਆ ਨਾਮ। ਸਕੀਨਾ ਰੋ ਕੇ ਪਿਆ ਦੀ ਬਾਬਾ ਕਰਬਲਾ ਤੂੰ ਸ਼ਾਮ ਹੁਣ ਤਾਈ ਕਿਸੇ ਨੂੰ ਨਹੀਂ ਦੱਸਿਆ ਪਰ ਤੁਹਾਨੂੰ ਜ਼ਰੂਰ ਦੱਸੈਂਦੀਆਂ। ਇਮਾਮ ਆਦਨ ਕਿਹੜੀ ਗੱਲ ਰੋ ਰੋ ਕੇ ਪਿਆ ਦੀ ਮੈਨੂੰ ਪੱਥਰਾਂ ਤੇ ਨਹੀਂ ਨੇਂਦਰਾਂ ਦੀ ਨਹੀਂ ਲੱਭਦਾ ਤੇਰਾ ਆਇਓ ਸੀਨਾ ਜਿਹੜੇ ਈਦ ਦੇ ਦੁਰ ਪਾਏ ਹਨ ਬਾਬਾ ਉਹ ਲੁੱਟ ਗਿਆ ਸ਼ਮੇਰ ਰਕਮੀਨਾ ਬਾਬੇ ਨਾਲ ਤਰੇ ਗੱਲਾਂ ਕੀਤੀਆਂ ਆਸ ਪਹਿਲਾਂ ਵੇਣ ਕਰ ਗਿਆ ਦੇ ਬਾਬਾ ਜੈ ਤੈਨ ਮਾਰਿਆ ਉਹ ਸਜਾਦ ਨੂੰ ਬੜਾ ਮਾਰਿਆ ਅਗਲਾ ਵੇਣ ਕਰ ਗਿਆ ਦੇ ਬਾਬਾ ਮੈਂ ਬੁੱਢੜੀ ਹੋ ਗਈਆਂ ਤ੍ਰੀਆ ਵੇਣ ਕਰ ਗਿਆ ਦੇ ਬਾਬਾ ਅੱਖਾਂ ਖੋਲ ਮੇਰੀ ਕਮਰ ਝੁਕ ਗਈ ਏ ਮਾਂ ਤੁਮੀ ਅਜ਼ਾਦਾਰ ਇਮਾਮ ਦੀਆਂ ਅੱਖਾਂ ਖੁੱਲੀਆਂ ਦੀਦ ਡਿੱਠੇ ਤੇ ਰੋ ਕੇ ਪਿਆ ਦਿਨ ਕਿਵੇਂ ਵਧੀ ਵਧੀ ਗਈ ਬਾਬੇ ਦਾ ਸਰ ਚੁੰਮ ਕੇ ਪਿਆ ਦੀ ਬਾਬਾ ਕੇ ਦਾ ਸਾਰ ਰੁਖ ਸਾਰ ਗਵਾ ਹੈ ਨਾ ਆਇਓ ਧੀ ਤੇਰੀ ਦੇ ਜਿਹੜੇ ਸ਼ਾਮੀਆ ਜ਼ੁਲਾਮ ਉਹ ਕਮਾਏ ਪਹਿਲੇ ਦੁਰ ਲਾਏ ਵਾਲ ਚਾਦਰਾਂ ਲੁੱਟੀਆਂ ਪਿੱਛੇ ਖੇਮੇ ਆਣ ਜਲਾਏ ਸਕੀਨਾ ਦੁਨੀਆ ਤੋਂ ਟੁਰ ਗਈ ਇਮਾਮ ਹੱਥ ਲਾਇਆ ਤਾਂ ਮੈਂ ਬਿਆਕ ਵਧਾਈਆ ਅਕਲ ਮਾਰ ਗਿਆ ਦਿਨ ਮਰ ਬਾਬ ਮਰਨ ਦੇ ਬਾਅਦ ਕੰਬਦੀ ਕਿਉਂ ਪਈਏ ਬੀਬੀ ਰੁਬਾਬ ਰੁਨੀ ਤੇ ਰੋ ਕੇ ਪਿਆ ਦੀ ਦੇ ਮਈਆ ਤੇ ਜੁਖੋਫ ਇੱਕ ਆਤਲਦਾ ਇੱਕ ਬਚੜਾ ਹਾਂ ਨਲ ਲਾਈ ਵਾਂਜੇ ਦਰਦੀਏ ਸ਼ਮੇਰ ਅੱਲਾ ਅੱਲਾ ਨਤੁਲਾਹ ਅੱਲਾ ਕੋਮਜ਼ਾ।